पर कदे कदे तां इंज लगदा जिवें कोठे वाल सकाउंदी ऐ तेरे करमा मारे आशिक नूं तू अज भी चेते आउंदी ऐ। जीएस पीटर उस प्यारे आर्टिस्ट नूं लालचंद जमराज जट यादगारी सम्मान देके उन्हां नूं दे रहे हैं। तो दर्शकों अपने नाल जी एस पीटर साहब ने पुराने कलाकार चोटी दे गाने आए आ तेरे करमा मारे आशिक नूं तू अज भी चेते आउनी आ ते घैंट घैंट गाने इक तुहानूं याद होगा गलास दे विच फोटो जी घोल के पीण वाला सीन। ते पीटर साहब स्वागत है जी तुहाडा, थैंक यू जी, मेहरबानी, शुक्रिया जी, धन्यवाद। भाई जी गल्लां आ अज इहनां नूं ना गोल्ड मैडल दे नाल भी सन्मानित किया गया वा ते भाई जी फिर अवार्ड तुहानूं होर भी बथेरे मिले आ अज भी मिले आ पर सुनूं याद हुंदा कई वारी यार पहली वारी अवार्ड जा मिलिया होवे कोई याद आ रहा वा चल अज अज ते आपां गल्ला भी करनी आ। हां अवार्ड एक कलाकार वास्ते सब तो वड्डा अवार्ड उहदे स्रोते हुंदे आ उहदा गाना सुनना उहनूं प्यार करना जी ते सब तो वड्डा अवार्ड आ कि जदों साडे कीते होए काम नूं रिकॉग्नाइज़ कीता जांदा साडे कीते होए काम दा मुल पाया जांदा तां निरसंदेह खुशी दिंदा जी। सो मैनूं इह लग्गिया कि मैं इन्ने साल जिहड़ा हैगा टाइम लाया हैगा अपने गायकी दे खेत्र च जी ते अज उसनूं मान सम्मान मिलिया ते निसंदेह मेरे मन नूं खुशी हैगी ते अज फिर गोल्ड मैडल मिलिया बाबा जी उहनां दा वी धन्नवाद बणदा। बिल्कुल जी मैं सभ्याचारक मंच मालवा सभ्याचारक मंच दा धन्नवादी वी हां जी उहनां ने जिहड़ा मैनूं बुला के ते इस काबिल समझिया सो इस लई दिलों ऋणी हां। हुण फिर गल गायकी ते इक टीचिंग ਜੀ ਇਹ ਦੋਨੇ ਚੀਜ਼ਾਂ ਇਕੱਠੀਆਂ ਲੈ ਕੇ ਹੁਣ ਚੱਲਣਾ ਸਮੱਸਿਆ ਹੋਣ ਲੱਗਦਾ ਕਿ ਕਿਵੇਂ ਹੈਂਡਲ ਹੋ ਜਾਂਦਾ ਸੌਖਾ? ਮੈਨੂੰ ਇਹ ਲੱਗਦਾ ਕਿ ਦੋਨੇ ਚੀਜ਼ਾਂ ਜਦੋਂ ਪੈਰਲਲ ਆਉਂਦੀਆਂ ਤਾਂ ਜ਼ਿਆਦਾ ਕਲੈਰਿਟੀ ਹੋ ਜਾਂਦੀ ਹੈ। ਕਿਵੇਂ? ਉਹਦਾ ਕਾਰਨ ਇਹ ਆ ਕਿ ਇੱਕ ਬੈਸਟ ਟੀਚਰ ਆ ਜਿਹੜਾ ਉਹ ਵਧੀਆ ਕਲਾਕਾਰ ਹੋ ਸਕਦਾ ਜੀ ਇੱਕ ਵਧੀਆ ਕਲਾਕਾਰ ਉਹ ਬੈਸਟ ਟੀਚਰ ਹੋ ਸਕਦਾ ਕਿਉਂਕਿ ਕਲਾਕਾਰ ਵੀ ਆਪਦੀ ਕਲਾ ਨਾਲ ਲੋਕਾਂ ਨੂੰ ਸਿਖਾਉਂਦਾ ਹੀ ਆ ਜੀ ਅਤੇ ਟੀਚਰ ਨੇ ਜਿਹੜਾ ਹੈਗਾ ਉਹ ਜਿਹੜੀ ਕਲਾ ਨੂੰ ਹੈਗੀ ਉਹ ਬੱਚਿਆਂ ਤੱਕ ਲੈ ਕੇ ਜਾਣਾ ਜਿਹੜਾ ਮੈਂ ਗਾਇਕੀ ਦੇ ਵਿੱਚ ਐਕਸਪੀਰੀਅੰਸ ਲਿਆ ਉਹ ਮੈਂ ਆਪਣੀ ਟੀਚਿੰਗ 'ਚ ਵਰਤਦਾ ਅਤੇ ਮੈਨੂੰ ਲੱਗਦਾ ਕਿ ਉਹਦੇ ਨਾਲ ਮੇਰੇ ਕਿੱਤੇ 'ਚ ਨਿਖਾਰ ਹੀ ਆ। ਇੱਕ ਗੱਲ ਹੁਣ ਨਵੇਂ ਕਲਾਕਾਰ ਵੀ ਬਹੁਤ ਆਇਆ ਜੀ ਤੁਸੀਂ ਉਹ ਪੁਰਾਣਾ ਦੌਰ ਵੀ ਦੇਖਿਆ ਤੁਸੀਂ ਪਹਿਲਾਂ ਵਾਲੇ ਕਲਾਕਾਰ ਨੂੰ ਪਿੱਛੇ ਵੀ ਕਿਤੇ ਛੱਡਿਆ ਸੀ ਉਹ ਦੌਰ 'ਚ ਜੀ ਹੁਣ ਕਿਤੇ ਲੂਰੀਆਂ ਉੱਠਦੀਆਂ ਮੰਨਦੇ ਯਾਰ ਕਦੇ ਆਹ ਚੱਲੀ ਜਾਂਦੇ ਜਿਹਨਾਂ ਨੂੰ ਘੱਟ ਕਲਾ ਥੋੜ੍ਹੀ ਜੀ ਸੰਗੀਤ ਕਲਾ ਜਾਂ ਤਾਂ ਤੁਸੀਂ ਰਾਗ ਵਿੱਦਿਆ ਦੇ ਵਿੱਚ ਵੀ ਸਿੱਖੇ ਰਾਗ ਵੀ ਸਿੱਖੇ ਕਿਤੇ ਮਨ ਨੂੰ ਹੌਲ ਜਿਹਾ ਪੈਂਦਾ ਯਾਰ ਨਹੀਂ ਉਹਨਾਂ ਨਾਲ ਤੋਂ ਨਿਕਲਣ ਨੂੰ ਜੀ ਕਰਦਾ ਉਹਨਾਂ ਦੇ ਨਾਲ ਕੋਈ ਉਦਾਂ ਦੀ ਕੰਪੀਟੀਸ਼ਨ ਨਹੀਂ ਉਦਾਂ ਦਾ ਕੰਪੀਟੀਸ਼ਨ ਹੈਗਾ ਲੇਕਿਨ ਮੈਨੂੰ ਇੱਕ ਗੱਲ ਦਾ ਜ਼ਰੂਰ ਅਫਸੋਸ ਹੁੰਦਾ ਕਿ ਜਿਹੜੀ ਕਲਾ ਦੀ ਓਰੀਜਨੈਲਿਟੀ ਆ ਜੀ ਜਿਹੜਾ ਸੰਗੀਤ ਦਾ ਇੱਕ ਉਹਦੇ ਵਿੱਚ ਜੋ ਉਹਦੀ ਰੂਹ ਹੈਗੀ ਆ ਜਦੋਂ ਉਹ ਕਿਤੇ ਨਾ ਕਿਤੇ ਮਰਦੀ ਹੈ ਤਾਂ ਉਹ ਜ਼ਰੂਰ ਤਕਲੀਫ ਦਿੰਦੀ ਹੈ ਕਿ ਯਾਰ ਇਹਨੂੰ ਬਿਹਤਰ ਬਹੁਤ ਸਾਰੇ ਗਾਣੇ ਹੁਣ ਅੱਛੇ ਵੀ ਆ ਰਹੇ ਨੇ ਬਹੁਤ ਕਮਾਲ ਵੀ ਆ ਰਹੇ ਅਤੇ ਜਦੋਂ ਕੋਈ ਅੱਛਾ ਗਾਣਾ ਸੁਣਦੇ ਆ ਤਾਂ ਵਧੀਆ ਲੱਗਦਾ ਅਤੇ ਪਰ ਜਦੋਂ ਕਿਤੇ ਲੱਗਦਾ ਹੁੰਦਾ ਵੀ ਯਾਰ ਵੀ ਇੱਥੇ ਤਾਂ ਆਹ ਕੰਮ ਇੱਦਾਂ ਵੀ ਹੋ ਸਕਦਾ ਸੀ ਉੱਥੇ ਥੋੜ੍ਹਾ ਅਫਸੋਸ ਹੁੰਦਾ। ਨਵਿਆਂ ਦੇ ਵਿੱਚੋਂ ਕਿਹੜਾ ਜ਼ਿਆਦਾ ਸੁਣਨਾ ਪਸੰਦ ਕਰਦੇ ਹੋ? ਇੱਕ ਮੇਰੀ ਪ੍ਰੋਬਲਮ ਇਹ ਆ ਕਿ ਮੈਂ ਨਵੇਂ ਆਰਟਿਸਟ ਸੁਣ ਨਹੀਂ ਪਾਉਂਦਾ ਜਾਂ ਕਹਿ ਲਓ ਉਹਨਾਂ ਦੇ ਵਕਤ ਦਹਾਨ ਦਾ ਨਿਗਾ ਅਤੇ ਉਹ ਮੈਨੂੰ ਇੱਕ ਆਵਾਜ਼ਾਂ ਸਾਰੀਆਂ ਇੱਕੋ ਜਿਹੀਆਂ ਲੱਗੀ ਜਾਂਦੀਆਂ ਇੱਕ ਦੋ ਗਾਣੇ ਇੱਕੋ ਗਾਣਾ ਮੈਨੂੰ ਸੀਗੇ ਇਸ਼ਕਾਂ ਦੇ ਲੇਖੇ ਲੱਗ ਗਈ ਸੱਜਣ ਅਦੀਬ ਸੱਜਣ ਅਦੀਬ ਉਹਦਾ ਗਾਣਾ ਅੱਛਾ ਲੱਗਿਆ ਸੀਗਾ ਅਤੇ ਹੋਰ ਇੱਕ ਦੋ ਕੁੜੀਆਂ ਦੇ ਗਾਣੇ ਅੱਛੇ ਲੱਗੇ ਸੀ ਜਿਵੇਂ ਨੀਮ ਲੌਂਗ ਅਤੇ ਉਹ ਵਾਲਾ ਅੱਛਾ ਸੀ ਗਾਣਾ ਜੀ ਹੋਰ ਵੀ ਬਹੁਤ ਸਾਰੇ ਗਾਣੇ ਆ ਮਤਲਬ ਬਹੁਤ ਅੱਛੇ ਗਾਣੇ ਆਉਂਦੇ ਜੀ। ਇੱਕ ਮੈਨੂੰ ਐਂ ਦੱਸੋ ਵੀ ਤੁਹਾਡੀ ਅਕਸਰ ਮੈਂ ਗਜ਼ਲ ਸੁਣਦਾ ਹੁੰਦਾ ਸੁਰਜੀਤ ਪਾਤਰ ਸਾਹਿਬ ਦੀਆਂ ਤੁਸੀਂ ਗਾਈਆਂ ਨੇ ਜੀ ਜੇ ਦੋ ਲਾਈਨਾਂ ਕਿਸੇ ਗਜ਼ਲ ਦੀਆਂ ਹੋ ਜਾਣ ਹਾਂਜੀ ਪੋਸੀਬਲ ਹੈ? ਹਾਂ ਹਾਂ ਪੋਸੀਬਲ ਤਾਂ ਹੈ ਜੀ। ਇੱਦਾਂ ਨਹੀਂ ਕਰੀਦਾ ਹੋ ਜੇ ਤਾਂ ਫਿਰ ਓਕੇ ਉਹ ਮੇਰਾ ਮਨ ਭਾਉਂਦਾ ਜੀ ਜੀ ਇੱਦਾਂ ਨਹੀਂ ਕਰੀਦਾ ਇੱਦਾਂ ਨਹੀਂ ਕਰੀਦਾ ਚੁੱਪ ਚਾਪ ਲੰਘ ਜਾਣਾ ਬਿਨ ਚਾਪ ਲੰਘ ਜਾਣਾ ਜੀ ਅਗਲੇ ਨੂੰ ਡੋਬ ਗਹਿਰਾ ਅਤੇ ਆਪ ਲੰਘ ਜਾਣਾ ਭਿੱਜ ਜਾਣ ਜਦ ਦੋ ਰੂਹਾਂ ਕੱਲਿਆਂ ਨਹੀਂ ਤਰੀਦਾ ਇੱਦਾਂ ਨਹੀਂ ਕਰੀਦਾ ਇੱਦਾਂ ਨਹੀਂ ਕਰੀਦਾ। ਤਾਂ ਬਾਕਮਾਲ ਗਜ਼ਲਾਂ ਮੈਂ ਅਕਸਰ ਜਦੋਂ ਵੀ ਮਿਲਦਾ ਇਹਨਾਂ ਨੂੰ ਇਹ ਗਜ਼ਲ ਸੁਣਦੇ ਰਹੀਦਾ ਕਿਉਂਕਿ ਕਲਾਸ ਫੈਲੋ ਵੀ ਰਹੇ ਹਾਂ ਅਸੀਂ। ਇੱਕ ਗੱਲ ਬਾਈ ਜੀ ਗੱਲ ਫਾਈਵ ਰਿਵਰ ਵਾਲਿਆਂ ਦਾ ਜਗਰਾਉਂ ਵਾਲਿਆਂ ਦਾ ਵੀ ਧੰਨਵਾਦ ਬਣਦਾ ਬਿਲਕੁਲ ਉੱਤੇ ਰਾਹ ਦੇ ਵਿੱਚ ਤੁਹਾਨੂੰ ਸੱਜਣ ਬਹੁਤ ਮਿਲਦੇ ਸੀ ਕਦੇ ਮੁੱਲਾਪੁਰ ਮਿਲ ਗਏ ਹਰ ਪਾਤਾ ਕਦੇ ਕਿਤੇ। ਸੋ ਮੈਂ ਇਸ ਕਰਕੇ ਜੀ ਮੈਂ ਉਹਨਾਂ ਦੋਸਤਾਂ ਦੇ ਵਿੱਚ ਸ਼ਿਰਕਤ ਕਰਦਾ
ਟੱਪੇ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਮੈਂ ਸਟੇਜ ਉੱਪਰ ਨਹੀਂ ਗਾਈਆਂ ਕਦੇ ਉਹਨਾਂ ਨੂੰ ਸੁਣਾਉਣਾ ਤੇ ਉਹ ਮੇਰੀ ਆਵਾਜ਼ ਨੂੰ ਪਿਆਰ ਕਰਦੇ ਆ ਜੀ ਤੇ ਇਹ ਜਿਹੜੀ ਮੁਹੱਬਤ ਉਹਨਾਂ ਨੇ ਦਿਖਾਈ ਆ ਇਹ ਉਹਦਾ ਨਤੀਜਾ ਤੇ ਹੁਣ ਜਾਂਦੇ ਜਾਂਦੇ ਮੈਂ ਲਾਹਾ ਲੈਣਾ ਚਾਹੁੰਦਾ ਤੁਹਾਡਾ ਤੇਰੇ ਕਰਮ ਮਰੇ ਅਸ਼ਕ ਨੂੰ ਹਾਂਜੀ ਉਹ ਮੇਰਾ ਪਹਿਲਾ ਗਾਣਾ ਸੀ ਜੀ 2001 ਚ ਆਇਆ ਸੀਗਾ ਬਹੁਤ ਅੱਜ ਤੋਂ 21-22 ਸਾਲ ਪੁਰਾਣਾ ਗੀਤ ਹੈਗਾ ਉਹਦੀ ਲੰਗ ਖੱਟੀਆਂ ਪੱਠੀਆਂ ਸੱਚ ਦਰਵਾਜੇ ਗਲੀਆਂ ਅਤੇ ਚੁਬਾਰੇ ਨੀ ਤੇਰੇ ਜਾਣ ਪਿੱਛੋਂ ਤਾਂ ਅੜੀਏ ਸੁਨੇ ਹੋ ਗਏ ਸਾਰੇ ਨੀ ਪਰ ਕਦੇ ਕਦੇ ਤਾਂ ਇੰਜ ਲੱਗਦਾ ਜਿਵੇਂ ਕੋਠੇ ਵਾਲ ਸੁਕਾਉਂਦੀ ਏ ਤੇਰੇ ਕਰਮਾਂ ਮਾਰੇ ਆਸ਼ਕ ਨੂੰ ਤੂੰ ਅੱਜ ਵੀ ਚੇਤੇ ਆਉਂਦੀ ਏ ਕਿਉਂ ਯਾਦ ਆਉਂਦੀਆਂ ਨਾ ਤੇ ਬੜੀਆਂ ਭਰਾਈਆਂ ਰੀਲਾਂ 1-8 ਗਾਣੇ ਜੀ ਤੇ ਬਾਈ ਜੀ ਧੰਨਵਾਦ ਤੁਹਾਡਾ ਤੁਸੀਂ ਸਮਝਦਾ ਮਿਹਰਬਾਨੀ ਦਰਸ਼ਕੋ ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਧੰਨਵਾਦ